ਅਸੀਂ ਇਸ ਟਾਈਮ ਦੁਬਈ ਮਾਲ ਵਾਲੀ ਏਰੀਏ 'ਚ ਫਿਰਦੇ ਪਏ ਹਾਂ, ਡਾਊਨ ਟਾਊਨ ਏਰੀਏ 'ਚ। ਕੱਲ੍ਹ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਦੁਬਈ 'ਚ ਟ੍ਰੈਫਿਕ ਕਿੰਨੀ ਕੁ ਜ਼ਿਆਦਾ ਹੁੰਦੀ, ਲੇਕਿਨ ਸ਼ਾਇਦ ਕੋਈ ਜਲਦੀ ਇੰਨੀ ਜਲਦੀ ਯਕੀਨ ਨਹੀਂ ਸੀ ਕਰਦਾ ਪਿਆ। ਸਾਨੂੰ ਕਮ ਅਜ਼ ਕਮ ਅੱਧਾ ਘੰਟਾ ਹੋ ਗਿਆ ਇਸ ਟ੍ਰੈਫਿਕ ਦੇ ਵਿੱਚ ਫਸਿਆ ਵੀ ਹੋਇਆ, ਔਰ ਮਜ਼ੀਦ ਸਾਨੂੰ ਘੰਟਾ ਲੱਗ ਸਕਦਾ। ਅਤੇ ਇਸ ਸਾਹਮਣੇ ਪੂਰਾ ਦੁਬਈ ਦੇ ਨਜ਼ਾਰੇ ਨੇ, ਔਰ ਸਾਨੂੰ ਘਰ ਜਾਂਦਿਆਂ ਵੀ ਕਮ ਅਜ਼ ਕਮ ਇੱਥੋਂ 1.5 ਤੋਂ 2 ਘੰਟੇ ਅੱਜ ਵੀ ਲੱਗ ਜਾਂਦੇ ਨੇ। ਟਾਈਮ ਇਸ ਟਾਈਮ ਹੋਇਆ ਪਿਆ 7 ਵੱਜ ਗਏ ਨੇ। ਆਵਾਮ ਜਿਹੜੀ ਬੜੀ ਰਾਜ਼ੀ ਹੁੰਦੀ ਕਿ ਜੀ ਦੁਬਈ ਜਾਣਾ ਦੁਬਈ ਜਾਣਾ, ਆਹ ਬੁਰਜ ਖਲੀਫਾ ਦੁਬਈ ਦਾ, ਨਾਲ ਉਹਦੇ ਬਿਲਡਿੰਗਾਂ ਨੇ, ਔਰ ਅਸੀਂ ਡਾਊਨ ਟਾਊਨ ਏਰੀਏ 'ਚ ਫਿਰਦੇ ਪਏ। ਲੋਕ ਆ ਜਾਂਦੇ ਨੇ ਕਿ ਇੱਥੇ ਚਲੋ ਜੀ ਕੰਪਨੀ ਦੇ ਵੀਜ਼ੇ 'ਤੇ ਜਾਂ ਆਜ਼ਾਦ ਵੀਜ਼ੇ 'ਤੇ। ਸਭ ਤੋਂ ਪਹਿਲੇ ਤਾਂ ਆਵਾਮ ਸੋਚਦੀ ਕਿ ਆਜ਼ਾਦ ਵੀਜ਼ੇ 'ਤੇ ਬਾਹਰ ਚਲੇ ਜਾਵੇ ਬੰਦਾ, ਔਰ ਉੱਥੇ ਜਾ ਕੇ ਲੈ ਲਵੇ ਡਰਾਈਵਿੰਗ ਲਾਇਸੈਂਸ। ਇਹ ਪਤਾ ਨਹੀਂ ਕਿੰਨਾ ਉਹਨੂੰ ਪੱਟੀ ਪੜ੍ਹਾ ਦਿੱਤੀ ਗਈ ਹੈ ਕਿ ਆਜ਼ਾਦ ਵੀਜ਼ਾ ਲੈ ਕੇ ਤੂੰ ਉੱਥੇ ਚਲੇ ਜਾਓ ਤਾਂ ਡਰਾਈਵਿੰਗ ਲਾਇਸੈਂਸ ਲੈ ਲਵੋ ਅਤੇ 24 ਘੰਟੇ ਬੱਚੀਆਂ ਦੇ ਵਿੱਚ ਘੁੰਮਦੇ ਰਹੋਗੇ। ਉਹ ਇਹ ਗਲਤ ਫਹਿਮੀ ਜਿਹੜੀ ਨਾ ਸਾਰੀ ਆਵਾਮ ਦਾ ਨਾ ਦਿਮਾਗ ਖਰਾਬ ਕੀਤਾ ਹੋਇਆ। ਅਤੇ ਆਉਂਦੇ ਆ ਬੰਦਾ ਲਾਇਸੈਂਸ ਜਿਹੜਾ ਅਪਲਾਈ ਕਰ ਲੈਂਦਾ, ਲੇਕਿਨ ਇਹ ਨਹੀਂ ਪਤਾ ਕਿ ਲਾਇਸੈਂਸ ਲੈਣਾ ਇੱਥੇ ਕਿੰਨਾ ਕੁ ਮੁਸ਼ਕਲ ਕੰਮ ਹੈ। ਕਈਆਂ ਨੂੰ ਨਹੀਂ ਲੱਭਦਾ, ਕਈਆਂ ਨੂੰ ਸਾਲ ਲੱਗ ਜਾਂਦਾ। ਆ ਸਾਡੇ ਪਿੱਛੇ ਇੱਕ ਬੰਦਾ ਬੈਠਾ, ਇਹਨੂੰ ਸਾਲ ਹੋ ਗਿਆ ਆਪਣਾ ਇੰਟਰਵਿਊ ਦੇ। 1 ਸਾਲ ਹੋ ਗਿਆ ਜੀ ਪੂਰਾ ਲਾਇਸੈਂਸ ਲੈਂਦਿਆਂ, ਅਤੇ ਹਾਲੇ ਕਲਾਸਾਂ ਚੱਲ ਰਹੀਆਂ ਨੇ, 20 ਕਲਾਸਾਂ ਹੋਈਆਂ ਨੇ, 50 ਕਲਾਸਾਂ ਉਹਨਾਂ ਦੇਣੀਆਂ ਨੇ। ਵੇਟਿੰਗ ਪਾਉਂਦੇ ਨੇ 1.5 ਤੋਂ 2 ਮਹੀਨਿਆਂ ਦੀ। ਤੂੰ ਵੀਜ਼ਾ ਕਿੰਨੇ ਦਾ ਲਿਆ ਸੀ? ਵੀਜ਼ਾ ਮੈਂ 10 ਲੱਖ ਦਾ ਵੀਜ਼ਾ ਵੀ ਤੇ ਲਾਇਸੈਂਸ ਵੀ। ਇਹਨੇ ਇਸ ਬੰਦੇ ਨੇ ਵੀਜ਼ਾ ਲਿਆ ਆਪਣਾ 10 ਲੱਖ ਰੁਪਏ ਦਾ, ਮੰਨ ਲਓ ਕਿ ਸਾਲ ਪਹਿਲੇ। ਉਦੋਂ ਇੱਥੇ ਦੇ ਦਰਮ ਬਣਦੇ ਸਨ ਕਮ ਅਜ਼ ਕਮ ਵੀ 20,000 ਦਰਮ। ਹਾਂ ਜੀ। ਉਦੋਂ ਕਰੰਸੀ ਸੀ 56-55 ਰੁਪਏ। ਇਹਨੇ 20,000 ਦਰਮ ਦਾ ਵੀਜ਼ਾ ਲਿਆ ਔਰ ਸਾਲ ਹੋ ਚੱਲਾ ਤੇ ਹਾਲੇ ਤੱਕ ਇਹ ਲਾਇਸੈਂਸ ਨਹੀਂ ਲੈ ਸਕਿਆ। ਬੜੇ ਬੜੇ ਸ਼ਬਦ ਬਾਗ ਵਹਾਉਂਦੇ ਨੇ ਜੀ ਤੁਸੀਂ ਇੰਨੇ ਪੈਸੇ ਕਮਾਓਗੇ, ਇੰਜ ਕਰਦੇ ਹੋਗੇ, ਉਹ ਕਰਦੇ ਹੋਗੇ, ਸਵਾਏ ਖੱਜਲ ਖਰਾਬੀ ਤੋਂ ਕੋਈ ਨਹੀਂ ਜੇ, ਕੱਖ ਕੰਡਾ ਨਹੀਂ ਜੇ ਪਿਆ। ਲਾਇਸੈਂਸ ਲੈਣ 'ਚ ਕੀ ਕੀ ਮੁਸ਼ਕਲ ਆਉਂਦੀ ਹੈ? ਬਹੁਤ ਜ਼ਿਆਦਾ ਮੁਸ਼ਕਲ ਹੈ, ਬਹੁਤ ਜ਼ਿਆਦਾ, ਹੱਦ ਤੋਂ ਜ਼ਿਆਦਾ ਕਿ ਤੁਸੀਂ ਰੋਂਗ ਕੀ ਤੁਸੀਂ ਸਿੱਧੇ ਵੀ ਜਾ ਰਹੇ ਨਾ ਉਸਤਾਦ ਨੇ, ਫਿਰ ਵੀ ਤੁਹਾਨੂੰ ਗਲਤੀ ਉਹਨਾਂ ਤੋਂ, ਗਲਤੀ ਫੇਲ ਚੱਲ ਰਹੇ, ਫਿਰ 400 ਦਿਰਮ ਲਿਆ, ਫਿਰ ਕਲਾਸ ਬੁੱਕ ਕਰਾ, ਉਹ ਦਿਲ ਦੇ 1.5 ਮਹੀਨਾ ਫਿਰ ਪਾ ਛੱਡ। ਹੁਣ ਮੇਰੀਆਂ ਕਲਾਸਾਂ ਮੈਨੂੰ 3 ਮਹੀਨੇ ਹੋ ਗਏ ਨਾ ਫਾਈਲ ਓਪਨ ਕਰਾਈ ਨੂੰ, ਹਾਲੇ ਤੀਕਰ ਮੈਂ ਕੱਚੀ ਟਰਾਈ 'ਤੇ ਨਹੀਂ ਅਪੜਿਆ। ਲਾਇਸੈਂਸ ਲੈਣ ਦਾ ਮਤਲਬ ਇਹ ਹੁੰਦਾ ਕਿ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਦੇ ਵਿੱਚ ਡਾਇਰੈਕਟ ਬੰਦਾ ਡਰਾਈਵਿੰਗ ਸਟਾਰਟ ਕਰ ਲੈਂਦਾ, ਔਰ ਉਸ ਦੌਰਾਨ ਹਰ ਕੋਈ ਲਾਇਸੈਂਸ ਲੈ ਸਕਦਾ। ਲੇਕਿਨ ਇੱਥੇ ਦਾ ਪ੍ਰੋਸੀਜਰ ਇੱਕ ਅਲੱਗ ਹੈ। ਇੱਥੇ ਸਭ ਤੋਂ ਪਹਿਲੇ ਵੀਜ਼ਾ ਲੈਣਾ ਪੈਂਦਾ, ਵੀਜ਼ਾ ਲੈਣ ਤੋਂ ਬਾਅਦ ਐਮਰਟਸ ID ਦਾ ਆਉਣਾ ਲਾਜ਼ਮ ਹੈ, ਉਸ ਤੋਂ ਬਾਅਦ ਕੰਪਨੀ ਕੋਲੋਂ ਪਰਮਿਸ਼ਨ ਲੈਣੀ ਪੈਂਦੀ। ਲੇਕਿਨ ਅੱਜ ਕੱਲ੍ਹ ਉਹ ਐਮਰਟਸ ID ਦੀ ਵਜ੍ਹਾ ਤੋਂ ਪਰਮਿਸ਼ਨ ਖਤਮ ਕਰ ਦਿੱਤੀ ਗਈ ਹੈ ਅਤੇ ਸਿੱਧਾ ਤੁਸੀਂ ਇੱਥੇ ਡਰਾਈਵਿੰਗ ਸਕੂਲ ਬਣੇ ਹੋਏ ਨੇ। ਤੁਸੀਂ ਚਾਹੇ ਜਿੰਨੇ ਮਰਜ਼ੀ ਵੱਡੇ ਡਰਾਈਵਰ ਹੋ, ਲੇਕਿਨ ਇੱਥੇ ਆ ਕੇ ਤੁਹਾਨੂੰ ਡਰਾਈਵਿੰਗ ਸਕੂਲ ਦੇ ਵਿੱਚ ਦਾਖਲਾ ਲੈਣਾ ਪਏਗਾ ਐਡਮਿਸ਼ਨ, ਔਰ ਉਹਦੇ ਚਾਰਜਸ ਹੁੰਦੇ ਨੇ। ਜਾਂ ਤਾਂ ਉਹਨਾਂ ਨਾਲ ਠੇਕਾ ਮੁੱਕ ਲਵੋ, ਜਾਂ ਫਿਰ ਉਹਨਾਂ ਨਾਲ ਜਿਵੇਂ ਫੀਸ ਹੁੰਦੀ ਸਟਾਰਟਿੰਗ ਦੀ ਫੀਸ ਭਰ ਦਿਓ, ਉਸ ਤੋਂ ਬਾਅਦ ਅਗਲੀ ਫੀਸ ਭਰ ਦਿਓ। ਇਸ ਤਰ੍ਹਾਂ ਸਭ ਤੋਂ ਪਹਿਲੇ ਤੁਸੀਂ ਫੀਸ ਭਰੋਗੇ ਲਾਇਸੈਂਸ ਲੈਣ ਵਾਸਤੇ, ਦਾਖਲਾ ਫੀਸ ਜਾਂ ਐਡਮਿਸ਼ਨ ਫੀਸ, ਉਹ ਤੁਹਾਡੀ ਰਜਿਸਟ੍ਰੇਸ਼ਨ ਕਰ ਲੈਣਗੇ, ਔਰ ਤੁਹਾਨੂੰ ਸਭ ਤੋਂ ਪਹਿਲਾਂ ਜਿੱਥੋਂ ਗੱਡੀ ਚਲਾਉਣਾ ਜਾਂ ਸਕੂਲ ਲਾਇਸੈਂਸ ਵਾਸਤੇ ਸਟਾਰਟ ਕਰਦੇ ਨੇ, ਉਹ ਨੇ ਸਿਗਨਲ ਟੈਸਟ ਜਾਂ ਸਿਗਨਲ। ਇਹ ਹੁਣ ਰੋਡ 'ਤੇ ਤੁਹਾਨੂੰ ਬੋਰਡ ਨਜ਼ਰ ਆ ਰਹੇ ਨੇ, ਜਿਵੇਂ ਇਹ ਸਾਈਨ ਬੋਰਡ ਲੱਗਿਆ, ਔਰ ਇਹ ਸਾਈਨ ਬੋਰਡ ਲੱਗੇ ਨੇ ਕਾਫੀ ਸਾਰੇ, ਇਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਇਹ ਵਾਲੇ। ਇਹ ਸਾਈਨਾਂ ਬੋਰਡਾਂ ਦੇ ਵਾਸਤੇ ਪੁੱਛਣਗੇ ਕਿ ਇਹ ਕਾਹਦਾ ਸਾਈਨ ਬੋਰਡ ਹੈ ਔਰ ਇਹ ਕਾਹਦਾ ਸਾਈਨ ਬੋਰਡ ਹੈ, ਔਰ ਇਹਦੀਆਂ ਤੁਹਾਨੂੰ ਕਮ ਅਜ਼ ਕਮ 5 ਜਾਂ 7 ਕਲਾਸਾਂ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਇਹਨਾਂ ਸਾਈਨ ਬੋਰਡ ਦਾ ਟੈਸਟ ਲਿਆ ਜਾਏਗਾ। ਟੈਸਟ ਇੱਥੇ ਹੁੰਦਾ ਕੰਪਿਊਟਰ ਦੇ ਉੱਪਰ, ਕੰਪਿਊਟਰ 'ਤੇ ਤੁਸੀਂ ਟੈਸਟ ਦੇਣਾ। ਅਗਰ ਉਹ ਤੁਸੀਂ ਟੈਸਟ ਪਾਸ ਕਰ ਜਾਂਦੇ ਹੋ, ਜਿਵੇਂ ਅਕਸਰ ਸਕੂਲ ਦੇ ਵਿੱਚ ਮਲਟੀਪਲ ਚੋਇਸ ਹੁੰਦਾ ਨਾ, ਇਸੇ ਤਰ੍ਹਾਂ ਇਹ ਸਿਗਨਲ ਦਾ ਟੈਸਟ ਵੀ ਜਿਹੜਾ ਹੈ, ਮਲਟੀਪਲ ਸਵਾਲ ਪੁੱਛੇ ਜਾਣਗੇ ਅਤੇ ਉਹ ਤੁਸੀਂ ਟੈਸਟ ਪਾਸ ਕਰਨਾ। ਜਦੋਂ ਟੈਸਟ ਪਾਸ ਕਰ ਲਵੋਗੇ, ਫਿਰ ਦੁਬਈ ਦਾ ਰੂਲ ਸੈਪਰੇਟ ਹੈ, ਅਬੂਧਾਬੀ ਦਾ ਰੂਲ ਸੈਪਰੇਟ, ਔਰ ਸ਼ਾਰਜਾ ਦਾ ਰੂਲ ਸੈਪਰੇਟ ਹੈ। ਟੈਸਟ ਪਾਸ ਕਰਨ ਤੋਂ ਬਾਅਦ ਸ਼ਾਰਜਾ ਦੇ ਵਿੱਚ ਤੁਹਾਨੂੰ ਫਿਰ ਪਾਰਕਿੰਗ ਸਿਖਾਈ ਜਾਏਗੀ, 5 ਟੈਪ ਦੀ ਪਾਰਕਿੰਗ ਹੁੰਦੀ ਹੈ, ਔਰ ਤੁਹਾਨੂੰ ਦੱਸਿਆ ਜਾਏਗਾ ਕਿ ਤੁਸੀਂ ਪਾਰਕਿੰਗ ਗੱਡੀ ਕਿਵੇਂ ਲਗਾਉਣੀ ਹੈ, ਰਿਵਰਸ ਕਿਵੇਂ ਲਗਾਉਣੀ ਹੈ, ਔਰ ਜਿਹੜੀ ਐਂਗਲ ਜਿਹੜੀ ਪਾਰਕਿੰਗ ਹੁੰਦੀ, ਮਤਲਬ ਸਾਈਡ 'ਤੇ ਜਿਹੜੀ ਹੁੰਦੀ, ਉਹ ਕਿਵੇਂ ਲਗਾਉਣੀ, ਇਹ ਸਾਰਾ ਤੁਹਾਨੂੰ ਦੱਸਿਆ ਜਾਏਗਾ। ਉਸ ਤੋਂ ਬਾਅਦ ਤੁਸੀਂ ਇਹ ਟੈਸਟ ਪਾਸ ਕਰਨਾ ਹੈ ਇਹ ਪਾਰਕਿੰਗ ਦਾ ਵੀ, ਔਰ ਦੁਬਈ ਦੇ ਵਿੱਚ ਇਹ ਪਾਰਕਿੰਗ ਦਾ ਜਿਹੜਾ ਬਾਅਦ 'ਚੋਂ ਆਉਂਦਾ। ਸ਼ਾਰਜਾ ਦਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਪਿਆ ਵਾਂ। ਜਦੋਂ ਪਾਰਕਿੰਗ ਦਾ ਟੈਸਟ ਪਾਸ ਕਰ ਲਿਆ, ਫਿਰ ਤੁਹਾਨੂੰ 20 ਕਲਾਸਾਂ ਦਿੱਤੀਆਂ ਜਾਣਗੀਆਂ ਕਿ ਤੁਹਾਨੂੰ ਗੱਡੀ ਚਲਾਉਣਾ ਸਿਖਾਈ ਜਾਏਗੀ ਰੋਡ ਦੇ ਉੱਪਰ, ਜਿਵੇਂ ਅਸੀਂ ਇਸ ਟਾਈਮ ਰੋਡ ਦੇ ਉੱਪਰ ਗੱਡੀ ਚਲਾ ਰਹੇ ਹਾਂ ਨਾ। ਇਸ ਤਰ੍ਹਾਂ ਤੁਹਾਨੂੰ ਗੱਡੀ ਚਲਾਉਣਾ ਦੱਸਿਆ ਜਾਏਗਾ, ਨਾਲ ਇੱਕ ਇੰਸਟ੍ਰਕਟਰ ਬੈਠਾ ਹੁੰਦਾ, ਜਿਵੇਂ ਆਹ ਬੰਦਾ ਬੈਠਾ ਨਾ ਮੇਰੇ ਨਾਲ,
इस तरह एक उस्ताद बैठा होगा और जिमें और टैक्सी के उपर पीले रंग का बोर्ड लगे ना इस तरह स्कूल की जी गड्डी होंगी है ना वो उपर तालीम का बोर्ड लिखा होंगे या लर्निंग लिखा होंगे मतलब एल लिखा होगा या ते लिखा होगा उर्दू के उस तलीम दे वेच गड्डी दे वेच तुहानू साथ जिहड़ा गड्डी चलाना सिखाएगा लैफ्ट राइट यूटर्न किवें करीदा सारियां चीज़ां तुहानू दसेगा फिर वह भी तलीमां तो बाद तुहाडा फिर टैस्ट लिया जाएगा उन्हूं कहिंदे ने असैसमेंट टैस्ट भी कहिंदे ने कच्ची ट्राई भी कहिंदे ने वह कच्ची ट्राई जिहड़ी तुहाडा इंस्ट्रक्टर जिहड़ा या जिहनूं तुहानू उस्ताद कहिंदे उह तुहाडे नाल बैठ के टैस्ट लवेगा और वह टैस्ट भी जे अगर तुसीं पास कर जांदे हो फिर तुहाडियां 10 क्लासां होर लईआं जाणगीआं वह 10 क्लासों तो बाद फाइनल टैसट होएगा फाइनल टैसट लैन वास्ते शुरता बैठा होएगा और शुरता थोड़े ना टैसट लवेगा और जे अगर तुसी पास हो गए कोई गलती नहीं की थी, मतलब कि गड्डी लैफ्ट या यूटर्न करन लगे तुसी लैफ्ट साइड शीशे मिरर ए दरम्यान वाला शीशा ये हर चीज़ तुसी चैक करके फिर गड्डी लैफ्ट या यूटर्न करनी और टैसट पास करोगे तो फिर थोड़ा लाइसेंस थोड़ा बन के आएगा अगर फेल हो जाएगा तो फिर तुहानू 5 तलीमां या 7 तलीमां लिख के दित्तियां जाणगीआं 5 तलीमां या 7 तलीमां का मतलब होंदा कि 5 क्लासां या 7 क्लासां और फी क्लास 60 धर्म की सी और शार दुबई दे विच शायद 70 या 80 धर्म की हो गई है शीशा उपर का ये फिर तुसी क्लासां लैण तो बाद फिर तुहाडी ट्राई दित्ती जाएगी फिर फेल हो गए फिर दित्ती जाएगी समझ लो कि तुहाडा अगर पहली पहली ट्राई दे विच तुसी सिग्नल पास कर लेंदे हो पार्किंग पास कर लेंदे हो या तुसी असैसमेंट पास कर दो और पक्की ट्राई पास कर दो फिर भी तुहाडा खर्चा जिहड़ा मिनीम 7000 धर्म तक आ जाता या इस तो ज़्यादा भी एवं और अगर जिनी दफ़ा फेल होंगे जाओगे उन्नी दफ़ा तुहाडियां क्लासा होनी और हर दफ़ा 1000-1200 धर्म जिहड़ा एक्सट्रा खर्चा आ जाता और लाइसेंस लेंदिया जिन्हां की किस्मत अच्छी होवे वह महीने या 2 महीने च भी लै लेंदे ने जिन्हां की किस्मत थोड़ी जी खराब होवे क्योंकि इत्थे किस्मत डिपेंड करती है और या जड़ा टेस्ट लेंदा हुंदा उहदे मूड ते डिपेंड करदा हुंदा कि उहदा मूड किवें दा और जो तुसी ये टेस्ट पास कर लोगे और पहली पहली ट्राई च पास करोगे तो तुहाडा 7000 तक खर्चा आ जाएगा और तुसी 2 महीने च भी लै सकते हो साल च भी लै सकते हो और अगर लेट हुंदे गे तो फिर समझो कि तुहानू साल 2 साल भी लग जांदा लाइसेंस लेंदे आ लाइसेंस दी इत्थे कई कैटागरियां ने जिवें बाइक का लाइसेंस हो गया और 3 नंबर लाइसेंस कहा जाता है जी नॉर्मल कार है तुहाडे सामने गुजर रही है या इधर कारा खड़ियां ने उन्होंने 3 नंबर लाइसेंस कहा जाता है ये भी 2 कैटागरियां ने एक आटोमैटिक दी हुंदी ते एक मैनुअल दी मैनुअल लैना इत्थे बहुत डिफिकल्ट है मैनुअल कहिंदे ने गेयरां वाली जी खासकर पाकिस्तान इंडिया च चलदी पई उहनूं मैनुअल कहिंदे ने ते आटोमैटिक वी जिहड़ियां ने उह वी हुण चल पईआं ने लेकिन बहुत घट ने और जिहदी बदबख्ती आई होवे जिहड़ा टैसट फेल हुंदा रहे ਉਹਦਾ ਸਮਝੋ ਕਿ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਲਾਇਸੈਂਸ ਦੀ ਡਿਟੇਲ ਤਾਂ ਤੁਹਾਨੂੰ ਦੱਸ ਦਿੱਤੀ ਇਸ ਤੋਂ ਇਲਾਵਾ ਟਰੱਕ ਦੇ ਲਾਇਸੈਂਸ ਹੁੰਦੇ ਨੇ ਇਸ ਬੱਸ ਦੇ ਲਾਇਸੈਂਸ ਹੁੰਦੇ ਨੇ ਇਹ ਸੈਪਰੇਟ ਚੀਜ਼ਾਂ ਹੁੰਦੀਆਂ ਨੇ ਔਰ ਦੁਬਈ ਦੇ ਰੂਲ ਥੋੜ੍ਹੇ ਜਿਹੇ ਅਲੱਗ ਨੇ ਉੱਥੇ ਪਹਿਲੇ ਕਲਾਸਾਂ ਦਿੱਤੀਆਂ ਜਾਂਦੀਆਂ ਨੇ ਸਿਗਨਲ ਦਿੱਤੇ ਜਾਂਦੇ ਨੇ ਫਿਰ ਪਾਰਕਿੰਗ ਆਉਂਦੀ ਫਿਰ ਅਸੈਸਮੈਂਟ ਆਉਂਦੀ ਔਰ ਫਿਰ ਫਾਈਨਲ ਟਰਾਈ ਆਉਂਦੀ ਹੈ ਔਰ आज़ाद वीज़ा जड़ा आज़ाद वीज़ा भी काफ़ी कैटागरिया का होंगे लेकिन इतने आके बंदा जो अपने मुल्क हों बहुत कुछ दसिया जाता जी आज़ाद वीज़े पर आ जाओ ऐं के माहौल तुहानू रखा जाएगा बिल्डिंगा तुहाडे अगे पिछे होणगीआं और यूरोप वाला माहौल होएगा फुल प्रोटोकॉल मिलेगा लेकिन जो इतने आके सुटते हैं वो इंडस्ट्रियल एरिया होंगे ने सेम समझ लो कि पाकिस्तान इंडिया जिवें के गाँव होंगे ने ना जिन्हां नूं पिंड कहा जाता वह पिंड भी ज़्यादा खूबसूरत होणगे जिथे लैके सानू सुटदे ने वह बहुत बुरी हालत होंदी है तो गलती नहीं करनी कभी भी आज़ाद वीज़े ते आउंदी अगर पहली दफ़ा आन लगे हो अगर तो तुहाडा इत्थे कोई रिलेटिव है तो सब तो पहले तुसी ये गलती नहीं करनी कि किसी रिश्तेदार को वीज़ा लैना क्योंकि उन्हें 100% गलत गल्लां दसियां होंदियां ने बाइक का लाइसेंस लैन वास्ते भी बहुत प्रोटोकॉल देता है अपने अपने असी मुल्कां दे विच बाइक नूं ईजीली कमा सकते हैं अगर आज़ाद वीज़े ते आ ही गए तुहानूं जा मिलना थोड़ी मुश्किल हो जाती है लेकिन मजदूरी इत्थे आम मिल जाती है और आम लभण लग्या भी तुहानूं बहुत मुश्किल होएगी कि किहदे कोल मजदूरी करिए और किहदे कोल ना करिए और अगर कंपनी दे वीज़े ते आओगे पहली दफ़ा ट्राई करो हमेशा कंपनी दे वीज़े ते आने की इत्थे 2 साल जलील हो जावो उस तो बाद चाहे आज़ाद वीज़ा लै लो कैंसल होकर और चाहे तुसी उसे कंपनी जॉब करते रहो ये तो डिपेंड करता है।